ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਲਓ ਭਾਈ ਟਰਾਲਾ ਕੱਢ ਲਿਆ ਜਾ ਪਰਿਵਾਰ ਸਾਡਾ, ਤੇ ਆਪਣਾ ਵੀ ਯਾਰ ਮਾਲ ਵਾਲੀ ਕੰਮ ਹੋ ਗਿਆ, ਆਪਾਂ ਵੀ ਛੱਡ ਜੇ ਅੱਜ ਤੇ। ਬਾਈ ਆ ਟਾਇਲ ਲਵਾਉਣੀ ਆਪਾਂ ਨੇ, ਸਾਰੇ ਸਮਾਨ ਕੱਢਤਾ ਬਾਹਰ ਅੱਜ ਸਵੇਰ ਦੇ ਆਈ ਕੰਮ ਪਰ, ਹੁਣ ਲੱਗੇ ਹੋਏ ਗੇਟ ਦਰਵਾਜ਼ੇ ਖੋਲਣ ਵਾ। ਕੋਈ ਕੋਈ ਨੈਟ ਤਾਂ ਅੜ ਗਿਆ, ਬਸ ਤੂੰ ਪੁੱਛਣਾ ਹੋਵੇ ਵੱਢ ਕੇ ਕੱਪੜੇ ਇਹਦੇ ਨਾਲ ਕੱਢਣਾ ਪਿਆ। ਹੁਣ ਤੇਰੇ ਕੋਲ ਟਾਇਲ ਵਾਲੇ ਆਏ ਹੋਏ? ਟਾਇਲ ਵਾਲੇ ਆਏ ਹੋਏ, ਰੇਤੇ ਵਾਲਾ ਆਉਂਦਾ, ਕ੍ਰੈਸ਼ਰ ਵਾਲਾ ਹੀ ਲਾਉਣਾ, ਦੂਆ ਨਹੀਂ ਲਾਉਣਾ ਆਪਾਂ ਨੇ। ਠੀਕ ਹੈ, ਦੂਏ ਦਾ ਆਪਾਂ ਨੇ ਕੱਦਾਂ ਵੇਲੇ ਕਰ ਦੇਣਾ ਵਾ, ਬਾਕੀ ਇਹਨੂੰ ਬਿੱਡ ਵੀ ਲਾਉਣਾ ਵਾ, ਬਿੱਡ ਵੀ ਕੱਢਤਾ ਬਾਹਰ ਰੰਗ ਦੇ ਬਾਅਦ। ਬਾਈ ਇਹ ਬਸ ਜਦ ਕਸਿਆ ਦਾ ਬਿੱਡ, ਜਦ ਲੰਗਰ ਨੂੰ ਲੈ ਕੇ ਗਏ ਤੇ ਖੇਤ ਦਿਖਾ ਲਾ ਟਾਇਰਾਂ ਤੋਂ ਆਇਆ, ਲੇਕਿਨ ਕਦੇ ਉਹ ਨੀ ਕਰਿਆ ਹੁੰਦਾ ਹੈਗਾ, ਸਾਫ ਪਏ ਜਾਂ ਖੁਸ਼ਕ ਹੋਵੇ ਐਵੇਂ ਹੋ ਗਿਆ, ਇਕੱਲੇ ਨੇ ਨਾ ਲੇਗਾ ਫਰਸ ਲਾਇਆ ਯਾਰ। ਮੈਂ ਤਾਂ ਕਦੇ ਕੱਚਾ ਹੀ ਫਰਸ ਕਰਿਆ ਹੋਣਾ, ਪੱਕੇ ਤੇ ਸ਼ੀਸ਼ਾ ਸੂਹਾ ਪਾ ਕੇ ਲਾਇਆ ਮੇਰੇ ਦੇਖ ਲਾ, ਬਹੁਤ ਦੇਰ ਤੋਂ ਲੱਗਦਾ ਮੇਰੇ ਫਰਸ ਵਧੀਆ ਬਣ ਗਿਆ। ਜਵਾੜ ਤਾਂ ਮਿਲੇ ਜਾਊਗਾ, ਜਵਾੜ ਦਾ ਕੋਈ ਬੜੇ ਟਾਇਟ ਜੇ ਹੋ ਸਕੇ ਮਿਲਜੂ। ਕਾਲੇ ਨੂੰ ਫੋਨ ਕਰ, ਕਿਆ ਲੱਗਣੀ ਕਾਹਦੇ ਨੀ ਹੈਗੀ, ਉਹਨੂੰ ਦਿੱਤੇ ਮੈਂ ਪੇਜ ਘੱਸ ਗਿਆ, ਉਹਨੂੰ ਕਰ ਜੱਗੇ ਨੂੰ ਫੋਨ ਕਰ, ਮੈਨੂੰ ਜੱਗੇ ਭਾਈ ਦੀ ਪੇਜ ਕਸਾਂ ਵਾਲੀ, ਹਾਂ ਉਹਨੂੰ ਮੈਨੇਜਰ ਕਹਿ ਤਾ, ਉਹਦੇ ਕੋਲ ਪੇਜ ਕਸਾਂ ਵਾਲੀ ਆਈ ਹੈ। ਉਹ ਖੋਲਣੇ ਉਹ ਤਾਂ ਬਹੁਤ ਛੇਤੀ ਖੋਲਦੀ ਹੈ, ਫਿਰ ਇਹ ਫਰਸ ਠੀਕ ਦੇ ਨਾ, ਜ਼ਿਆਦਾ ਖਰਾਬ ਲੱਗਿਆ। ਅੱਛਾ ਠੀਕ ਹੈ, ਬਹੁਤ ਔਖਾ ਬਾਈ, ਸਮਾਨ ਨੀ ਕਾਬੂ ਆਉਂਦਾ, ਸਮਾਨ ਨੀ ਕਾਬੂ ਆਉਂਦਾ, ਕੰਧ ਨਾਲ ਖੁਦ ਲੱਗ ਜਾਵੇ ਠੀਕ ਹੈ ਵਧੀਆ।
ਮੈਨੂੰ ਫੁੱਲ ਰਵਾ ਦਿਆ ਤੈਨੂੰ ਬਹੁਤ ਟਾਈਲਾਂ ਲੱਗ ਗਏ ਕਰ ਨੇੜੇ ਹੈ ਰਿਟਨ ਲਿਖ ਦੇ ਹੁਣ ਟਾਈਲਾਂ ਕਾਹਦੇ ਪਾਉਂਗੇ ਦਵਾਉਣਾ ਨਹੀਂ ਕਿਹਨੇ ਲਗਾਉਣਾ ਅੱਛਾ ਇਹ ਆ ਭਾਈ ਮਿਸਤਰੀ ਕੱਲ ਮਿਸਤਰੀ ਹੋਰ ਆਇਆ ਦਾ ਕਿਹੜਾ ਹਾਂਜੀ ਹਾਂਜੀ ਕੱਲ ਹੋਰ ਲੜਕੇ ਦੇ ਆ ਤਾਂ ਹੋਰ ਨੇ ਲਾਈ ਆ ਅੱਛਾ ਉਹ ਆਪਣੇ ਪਿੰਡ ਵਾਲਾ ਦਾ ਉਹੀ ਭੇਜਦਾ ਹੈ ਅੱਛਾ ਇਹ ਵੀ ਉਹਨੇ ਨਹੀਂ ਭੇਜਿਆ ਕਿਆ ਨਾ ਉਹਦਾ ਬਾਕੀ ਡਿਜ਼ਾਈਨ ਦੇਖ ਮਾਤਾ ਗੱਡੀ ਆ ਕਬਰ ਥੱਲੇ ਉਹ ਨਾ ਢਾਕੀ ਦੇਖਿਆ ਕਰਦੇ ਕਰਦੇ ਕੰਧ ਖੜੀ ਕਰਦੇ ਇਸਕੇ ਸਾਥ ਦੂਏ ਤਰ੍ਹਾਂ ਦਾ ਹੈ ਮੈਂ ਗੈਪ ਪਾ ਕੇ ਇੰਨਾ ਚੱਕਣਾ ਇਹਦੇ ਵਿੱਚ ਫਿਰ ਭਰ ਜਾਂਦੀ ਹੈ ਮਤਲਬ ਕਿਆ ਹੁੰਦਾ ਛੱਡਣੇ ਦਾ ਕਾਹਦਾ ਉਹ ਹਵਾ ਜੀ ਨਿਕਲ ਜਾਂਦੀ ਹੁੰਦੀ ਵਿੱਚ ਨਹੀਂ ਜੁੜ ਕੇ ਖਰਾਬ ਹੋ ਜਾਂਦੇ ਆ ਸ਼ੀਸ਼ੇ ਦਾ ਕੰਮ ਮਤਲਬ ਹਾਂ ਸ਼ੀਸ਼ੇ ਦਾ ਕਿਆ ਕੰਮ ਉਹਦਾ ਹਵਾ ਕੱਢਦਾ ਬਸ ਇਹ ਵੀ ਹਵਾ ਹੀ ਕੱਢਦੀ ਹੈ ਇਹ ਵੀ ਹਵਾ ਹੀ ਕੱਢਦੀ ਹੈ ਚੱਲ ਆਪਣੀ ਆਪਣੀ ਸਮਝ ਹੈ ਤੈ ਹੁਣ 2x4 ਦੀ ਲਵਾਈ ਹੈ ਅਸੀਂ 2x2 ਦੀ ਲਵਾਈ ਹੈ ਫਰਕ ਬਹੁਤ ਹੈ ਆਪਣੀ ਆਪਣੀ ਜਗ੍ਹਾ ਲੈ ਮੈਂ ਤੈਨੂੰ ਦੱਸੀ ਜਾਵਾਂ ਸਾਰਾ ਕੁਝ ਫਿਰ ਤੂੰ ਮੈਂ ਆਪਣੀ ਗੱਲ ਸ਼ਿਫਤ ਕਰਨੀ ਤੇ ਆਪਣੀ ਸ਼ਿਫਤ ਕਰਨੀ ਉਹ ਹੁਣ ਮੈਂ ਦੱਸਾਂ ਇਹਦਾ ਮਨ ਚ ਡਾਊਟ ਜਿਹਾ ਪੈ ਜਾਣਾ ਕਹਿੰਦਾ ਹੁਣ ਮੈਨੂੰ ਬਟਾਉਣੀ ਪੈਣੀ ਵੀ ਬਟਾਉਣੀ ਪੈਣੀ ਹੈ ਬਟਾਉਣੀ ਨਹੀਂ ਨਹੀਂ ਪੈਂਦਾ ਮੈਂ ਨੀ ਦੱਸਣਾ ਚਾਹੁੰਦਾ ਠੀਕ ਹੈ ਇਹਦਾ ਤਾਂ ਕੰਮ ਕਰਤਾ ਵਧੀਆ ਬਾਕੀ ਦੱਸਣ ਵਾਲਿਆਂ ਦਾ ਕੱਲ ਨੂੰ ਤੈਨੂੰ ਕਮੈਂਟ ਵਾਲਿਆ ਦੱਸ ਦਿੰਦਾ ਸਾਰਾ ਕੁਝ ਕੱਲ ਨੂੰ ਕਹਿ 12-1 ਵਜੇ ਤੈਨੂੰ ਪਤਾ ਲੱਗ ਜਾਣਾ ਹੈ ਖੂੰਜਿਆਂ ਚ ਪੈ ਜਾਂਦਾ ਕਿਤੇ ਖੂੰਜਿਆਂ ਚ ਪਹਿਲਾਂ ਗੱਬੇ ਨਾ ਊਂ ਖੜਾ ਹੋ ਜਾਣਾ ਇਹ ਤਾਂ ਬਹੁਤ ਰੋਲਣੇ ਵਾਲੇ ਦਾ ਦੇਖੀ ਜਾ ਇਹਨਾਂ ਦਾ ਕੰਮ ਖੜਾ ਆਹੋ ਐ ਕਰ ਲੈ ਉਤੋਂ ਦੇ ਲੈਣ ਟੱਕ ਦੇ ਲੈਣਾ ਜੇ ਚਲੋ ਦਿਖਾਉਂਦਾ ਮੈਂ ਹਾਂ ਬਾਈ ਹਾਂ 8 ਸਾਲ ਹੋ ਗਏ ਦਿਖਾ ਦੇ ਕਿਤੇ ਮੈਨੂੰ ਕਰੀਬ
ਇੰਨੀ ਕਿਤੇ ਆਉਂਦੀ ਇੱਥੇ ਹੀ ਬੰਦਾਲਾ ਪਕੜੋ ਨੀ ਗੁੱਟੀ ਦਾ ਫਾਇਦਾ ਹੁਣ ਬਾਈ ਰੰਗ ਇਹਨਾਂ ਦੇ ਲੇਟੇ ਕਰਾਉਣਾ ਚਲੋ ਵਧੀਆ ਠੀਕ ਹੈ ਹਾਂ ਚਲੋ ਬਾਕੀ ਦਿਖਾਉਂਦੇ ਬਾਈ ਜਦ ਆ ਗਿਆ ਨਾ ਲੱਗਦੇ ਟਾਈਲਾਂ ਦਿਖਾਵਾਂਗੇ ਆਪਾਂ ਤੁਹਾਨੂੰ ਸਾਰਾ ਕੁਛ ਸਲਾਹ ਦੇ ਦਿਓ ਇਹਨੂੰ ਪਿਆ ਇਹਦੇ ਮਨ ਚ ਸ਼ੱਕ ਜੀ ਪਈ ਆ ਫਿਰ ਵੀਰੇ ਦੀ ਰੱਖੀ ਵੀ ਅੱਛਾ ਦੇਖਦੇ ਕਰਦੇ ਜੋਹਰ ਬਣਾਉਂਦੇ ਹੁਣ ਮਾੜਾ ਜਿਹਾ ਹੌਸਲਾ ਹੋਇਆ ਨਹੀਂ ਟਾਈਲਾਂ ਵਾਲੇ ਫੋਨ ਕਰੀ ਜਾਂਦੇ ਆ ਬੈ ਵੀ ਤੂੰ ਬੈਗ ਚੜ ਜੂਗਾ ਬੈਗ ਮਿੱਟੀ ਤੋਂ ਆਈ ਹੋਈ ਵੀ ਉਰੇ ਹੁਣ ਦੱਸ ਦੀ ਕਿਤੇ ਗੇਟ ਚੈੱਕ ਕਰ ਦੇਵੇ ਤੇਰਾ ਪਤਾ ਨੀ ਕਦੋਂ ਵੀ ਆਹ ਧੂਏ ਹੋ ਜਾਂਦੀ ਹੈ ਪੈਂਦਾ ਥੋੜਾ ਥੋੜਾ ਦਮ ਤਾਂ ਦਿੰਦੀਆਂ ਸੀ ਚੱਲ ਬਚਣ ਕਰ ਦੇਣਾ ਉਹ ਨਹੀਂ ਹਿੱਲੀਆਂ ਹੈਗੀਆਂ ਹਾਂ ਨਹੀਂ ਨਹੀਂ ਇੰਨੀਆਂ ਕਿੱਥੇ ਵੀ ਅੜੀਆਂ ਠੀਕ ਹੈ
ਭਰਿਆ ਪਿਆ ਕਿਹੜੇ ਖਾਲੀ ਆਉਣੇ ਹੈਗਾ। ਮੈਂ ਵੀ ਤਾਂ ਮੰਗਾਇਆ ਤਾਂ 200 ਫੁੱਟ ਆ ਜਾਂਦਾ, 200 ਦੇ ਵੱਧੇ ਆ। ਰਹਿਣਾ ਵਿੱਚ ਉੱਥੇ ਕਿਹੜੇ ਥੱਲੇ ਕਰਨੀ ਪੈਣੀ ਲਿਫਟ ਪਹਿਲਾਂ ਤਾਂ ਚੜ ਹੋਣਾ ਫਿਰ ਕਾਲੇ ਬਹੁਤ ਆ ਸਮੈਂਟ ਲੱਗ ਗਿਆ ਡਰਾਉਣ ਦੇ ਮੈਂ ਉਹਨੂੰ ਦੱਸਤਾ ਵੀ ਹੁਣ ਹੋ ਗਿਆ ਗਾਂ ਨੂੰ ਆਪਣਾ ਰੇਤਾ ਮਿਣ ਕੇ ਇੱਧਰ ਕੋਈ ਨਹੀਂ ਲੜਿਆ
ਐ ਚੱਕੀ ਰੇਤਾ ਏ ਲੰਬਾ ਹਾਂ ਸਿੱਧਾ ਚੱਕੀ ਠੀਕ ਸਮਾਨ ਤਾਂ ਬਹੁਤ ਪੈਂਦਾ ਅੰਤ ਨੀ ਹੈਗਾ ਪਰ ਟੈਲਾਂ ਨਾ ਵੀ ਛੱਡ ਦਾ ਵੀ ਟੈਲਾਂ ਨੀ ਹੈਗੀਆਂ ਉਹ ਆਪਣਾ ਆਪਣਾ ਹੋਇਆ ਹੁਣ ਉਹ ਫਰਸ਼ ਜਿਹੜਾ ਹੇਠਾਂ ਲਾਇਆ ਵਾ ਉਹਦੇ ਵਿੱਚ ਨੂੰ ਹਵਾ ਵੀ ਕਿੱਥੇ ਨਿਕਲਣੀ ਕੁਛ ਨੀ ਨਿਕਲਦਾ ਉਹਨੂੰ ਬਾਈਕ ਅਸੀਂ ਉਹ ਕਰੀ ਜਾਂਦੇ ਚਲੋ ਚੀਜ਼ ਵਧੀਆ ਲੱਗ ਰਹੀ ਥੋੜ੍ਹੀ ਜਿਹੀ ਲੱਗੀ ਕੁਛ ਬਣ ਜਾਂਦਾ ਬਸ ਬਾਕੀ ਹਾਂ ਇਹਦਾ ਹੀ ਡਰ ਤਾਂ ਜ਼ਿਆਦਾ ਰੇਤੇ ਬਾਰਾਂ ਵੱਜ ਗਏ ਰੇਤੇ ਨਹੀਂ ਆਇਆ ਥੱਲਾ ਕੈਮੀਕਲ ਦਾ ਕੈਮੀਕਲ ਵੀ ਹਜੇ ਲੱਗਦਾ ਜੇਕਰ ਰੇਤਾ ਜਿਹੜਾ ਹੁੰਦਾ ਬਹੁਤ ਕਿਸਮ ਦਾ ਹੁੰਦਾ ਕੈਮੀਕਲ ਜਿਹੜਾ ਮੇਰੇ ਪਾਇਆ ਦਾ ਚਿੱਟਾ ਜਿਹਾ ਪਾਊਡਰ ਜ਼ਿਆਦਾ ਹਾਂ ਆਹੀ ਚੱਲਣ ਦੇ ਮਾੜੀ ਮੁੜੀ ਘਸੇ ਵਾਲੀ ਐਡੀ ਭਾਰੀ ਚੱਲਦੀ ਨੀ ਰੇਤੇ ਘਸਾਉਣੀ ਰੇਤੇ ਨੀ ਖੁੰਜੇ ਵੱਜਦੇ ਆ ਗੋਲ ਹੋਣ ਨਾ